अंग महाराज शे सिंह विष्णु भगवान मेरे प्यारे वीर नवतेज सिंह कथावाचक दरबार साहब और सरदार मलकीयत सिंह इन्होंने ने जो कुछ फरमाया जो कुछ बोलिया مین نواب تیز سنگھ نے سچے પાਛਾ مہاراج شیر سنگھ اور சதਗੁਰੂ ਮਹਾਰਾਜ ਪੂਰਨ ਸਿੰਘ ਦੇ ਬਾਰੇ ਵਿੱਚ ਬਹੁਤ ਕੁਝ ਨੈਗੇਟਿਵ ਬੋਲਿਆ ਮੈਂ ਬੇਨਤੀ ਕੀਤੀ ਕਿ ਵੀਰ ਸੱਚ ਜਾਣਨ ਦੀ ਕੋਸ਼ਿਸ਼ ਕਰੀਏ ਸੁਨੀਆਂ ਸੁਣਾਈਆਂ ਗੱਲਾਂ ਕੰਮ ਨਹੀਂ ਚੱਲਦਾ ਸੁਨੀਆਂ ਸੁਣਾਈਆਂ ਸਾਖੀਆਂ ਬਹੁਤ ਗਲਤ ਹੁੰਦੀਆਂ ਆ ਸੱਚ ਬਹੁਤ ਘੱਟ ਹੁੰਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਆਪਨੇ ਬਹੁਤ ਕੁਝ ਨੈਗੇਟਿਵ ਮੋਲਿਆ ਹੈ ਉਹ ਤੇ ਗੁਰੂਆਂ ਅਵਤਾਰਾਂ ਪੈਗੰਬਰ ਸਾਹਿਬਾਨਾਂ ਸਾਰਿਆਂ ਤੋਂ ਬਾਅਦ ਆਏ ਉਹ ਉਹਨਾਂ ਨੂੰ ਭੇਜਣ ਵਾਲੇ ਉਹ ਸ੍ਰਿਸ਼ਟੀ ਦੇ ਮਾਲਕ ਨੇ ਕਿਸੇ ਗੁਰੂ ਪੀਰ ਅਵਤਾਰ ਨੇ ਇਹ ਨਹੀਂ ਦੱਸਿਆ ਕਿ ਅਸੀਂ ਕਦੋਂ ਆਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਸ ਕੇ ਗਏ ਮੈਂ 250 ਸਾਲ ਬਾਅਦ ਆਂਗਾ ਮਹਾਰਾਜ ਸ਼ਹੀਦ ਸਿੰਘ ਨੇ ਤੇ ਸੰਤ ਮਨੀ ਸਿੰਘ ਨੂੰ 20 ਸਾਲ ਪਹਿਲਾਂ ਦੱਸਤਾ ਕਿ ਅਸੀਂ ਮਾਤ ਰੋਗ ਦੇ ਵਿੱਚ ਜਮਾਤਾਰਾਂਗੇ ਉਹ ਜਦੋਂ 20 ਸਾਲ ਹੋ ਗਏ ਉਹ ਚਲ ਫੜਿਆ ਮਿਰਾਗ ਵਿੱਚ ਕੇ ਮਹਾਰਾਜ 20 ਸਾਲ ਹੋ ਗਏ ਨੇ ਲੇਕਿਨ ਫਿਰ ਉਹਨੇ ਦਰਸ਼ਨ ਦਿੱਤੇ ਸ਼ਬਦ ਰੂਪ ਵਿੱਚ ਕਿ ਸਿਕਾ ਅਜੇ 55 ਦਿਨ ਬਾਕੀ ਨੇ ਇਹ ਉਹ ਹਸਤੀਆਂ ਜਿਹੜੀਆਂ ਕਿ ਕਲਯੁਗ ਦੇ ਅੰਤੋਂ ਸਮੇਂ ਜਿਨ੍ਹਾਂ ਦੀਆਂ ਪੇਸ਼ੰਗੋਈਆਂ ਗੁਰੂਆਂ ਉਤਾਰਾਂ ਪੈਗੰਬਰ ਸਾਹਿਬਾਨਾਂ ਨੇ ਕੀਤੀਆਂ ਉਹ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ ਭਾਈ ਉਹਨਾਂ ਦੀ ਹਰ ਬਾਣੀ ਕਿਦੇ ਸੁਣ ਲੋ ਜਾਂ ਸ਼ੱਕ ਹੈ ਮਨ ਦੇ ਵਿੱਚ ਤੇ ਕੱਢਣ ਵਾਸਤੇ ਮੈਂ ਬੇਨਤੀ ਕੀਤੀ ਕਿ ਜੇਠਵਾਲ ਪਹੁੰਚ ਜਾ ਤੇਰੇ ਸਾਰੇ ਸ਼ੱਕ ਦੂਰ ਹੋ ਜਾਣਗੇ ਨਹੀਂ ਤਾਂ ਦਿੱਲੀ ਹਰਪਾ ਕੇ ਦਵਾਰ ਜਿਹੜਾ ਕਿ ਵਰਲਡ ਦਾ ਪਾ ਕੇ ਦਵਾਰ ਹੈ ਉੱਥੇ ਚਲਾ ਜਾ ਲੇਕਿਨ ਤੁਹਾਡਾ ਕੋਈ ਜਵਾਬ ਨਹੀਂ ਮਿਲਿਆ ਇਸ ਕਰਕੇ ਮੈਂ ਅੱਜ ਫਿਰ ਇਸ ਵੀਡੀਓ ਵਿੱਚ ਬੇਨਤੀ ਕਰ ਰਿਹਾ ਕਿ ਸਿਰਫ ਬੋਲ ਦੇਣਾ ਉਹ ਭਰਾਵਾ ਪਾਪ ਹੈ ਜਿੰਨੇ ਚਿਰ ਸੱਚ ਕਲੀਅਰ ਨਾ ਹੋਵੇ ਸੱਚ ਦੀ ਖੋਜ ਕਰ ਸੱਚ ਇਹ ਹੈ ਇਹ ਉਹ ਮਾਲਕ ਜਿਹੜਾ 994 ਚੌਕੜੀ ਜੁਗਬਾਦ ਆਇਆ ਹੈ ਜਿਹਨੂੰ ਸਾਰਾ ਸੰਸਾਰ ਖੋਜ ਰਿਹਾ ਹੈ ਉਹਨੂੰ ਨੇਕ ਕਲਕਲ ਕੀ ਅਵਤਾਰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ ਤੇ ਉਹਨਾਂ ਦੇ ਬਾਰੇ ਵਿੱਚ ਲਿਖਿਆ ਗਿਆ ਹੈ ਕਥਾ ਕਰਦੇ ਹੋ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਤੇ ਵਿਚਾਰੋ ਦਸਮਾ ਗ੍ਰੰਥ ਪੜੋ ਉਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਪੂਰਾ ਲਿਖਿਆ ਹੈ ਔਰ ਉਹ ਆ ਚੁੱਕੇ ਨੇ ਇਸ ਕਰਕੇ ਵੀਰ ਅਗਰ ਕੁਝ ਸੱਚ ਜਾਨਣਾ ਚਾਹੁੰਦੇ ਹੋ ਜਾਂ ਬੋਲਦੇ ਹੋ YouTube ਪਰ Facebook ਪਰ ਤੇ ਬਖਸ਼ਿਸ਼ ਕਰੋ ਆਪਣਾ ਟੈਲੀਫੋਨ ਨੰਬਰ ਵੀ ਕਿਉਂਕਿ ਦੂਸਰਾ ਵੀ ਆਪ ਨਾਲ ਕੋਈ ਵਿਚਾਰ ਸਾਂਝੇ ਕਰ ਸਕੇ ਦੂਸਰਾ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਦਾ ਕੁਝ ਦਿਨ ਪਹਿਲੇ ਹੀ ਭੇਗ ਪਖੰਡ ਉਹ ਜਿਹਦੇ ਬਾਰੇ ਤੇ ਦੱਸ ਰਹੇ ਸਨ ਕਿ ਚਾਰ ਸਾਹਿਬ ਜਾਦੇ ਨੇ ਜਿਹਨੂੰ ਕਹਿੰਦਾ ਮਾਤਾ ਸਾਹਿਬਕੌਰ ਉਹ ਉਹਦੇ ਰਖੇਲ ਹੈ। ਔਰ ਇੱਕ ਅਮਨਦੀਪ ਪੰਜਾਬੀ ਚੈਨਲ ਦੇ ਬਾਰੇ ਨੇ ਉਹਦਾ ਇੰਟਰਵਿਊ ਲਿਆ ਪੈਣ ਹਿੰਮਤ ਆ। ਉਹਦੇ ਸਾਰਾ ਪਤਾ ਚੱਲ ਗਿਆ ਕਿ ਉਹ ਬਹੁਤ بڑا ਪਖੰਡੀ ਹੈ। ਕਿਉਂਕਿ ਝੂਠਿਆਂ ਦਾ ਕੰਮ ਥੋੜੇ ਦਿਨ ਚੱਲਦਾ ਹੈ ਸੱਚ ਸਾਲਾ ਮਾਰਦਾ ਆਂਦਾ ਹੈ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਹੁਣ ਜੇ ਤੇਰੇ ਅੰਦਰ ਹੈ ਅਜੇ ਵੀ ਕੋਈ ਸ਼ੱਕ ਹੈ ਤੂੰ ਮਲਕੀਅਤ ਸਿੰਘ ਆਪਣਾ ਟੈਲੀਫੋਨ ਨੰਬਰ ਦੇ ਉਹ ਕੋਈ ਵਿਚਾਰ ਕਰੀਏ ਕਿਉਂ ਸਾਰੀ ਦੁਨੀਆ ਨੂੰ ਤੁਸੀਂ ਪੰਮੜ ਪੂਛੇ ਵਿੱਚ ਪਾ ਕੇ ਰੱਖਿਆ ਲੈ ਇਸ ਵੇਲੇ ਇਸ 994 ਚੌਕੜੀ ਯੁੱਗ ਨਹੀਂ 994 ਐਸੇ ਗੁਰੂ ਨੇ ਜਿਹੜੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਕੇ ਰੱਖਿਆ ਹੈ ਆਪ ਤੇ ਉਹਨਾਂ ਕੋਲ ਕੁਝ ਹੈ ਨਹੀਂ ਕਿਉਂਕਿ ਸਤਗੁਰੂ ਸ਼ਬਦ ਮਾਤ ਲੋਕ ਦੇ ਵਿੱਚ ਪ੍ਰਗਟ ਹੋ ਚੁੱਕਾ ਹੈ ਸਤਗੁਰੂ ਸ਼ਬਦ ਕਦੇ ਵੀ ਪਿਛਲੀ ਬਾਣੀਆਂ ਨਹੀਂ ਪੜਦਾ ਬਾਕੀ ਜਿੰਨੇ ਵੀ ਨਵੇਂ ਧਰਮ ਚਲੇ ਨੇ ਚੈਓ ਬਿਆਸਲ ਨੇ ਚੈਓ ਨਰਕਾਰੀਏ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਨਾਂ ਬਾਣੀਆਂ ਨੂੰ ਪੜ੍ਹਦੇ ਨੇ ਪਰ ਜਦੋਂ ਸਤਿਗੁਰ ਸ਼ਬਦ ਪ੍ਰਗਟ ਹੋਇਆ ਉਸ ਨੇ ਆਪਣੇ 24 ਗ੍ਰੰਥ ਹਰ ਬਾਣੀ ਬਖਸ਼ਿਸ਼ ਕਰ ਦਿੱਤੀ ਇਸ ਕਰਕੇ ਵੀਰੋ ਜਾਗੋ ਮੇਲਾ ਜਾਗੰਦਾ ਹੈ ਕਾਲ ਯੁਗ ਦਾ ਅੰਤਮ ਸਮਾ ਹੈ ਸਤਜੋਗ ਦਾ ਵਿਦਾਨ ਆ ਗਿਆ ਹੈ ਸਤਜੁਗ ਦਾ ਨਿਸ਼ਾਨ ਆ ਚੁੱਕਾ ਹੈ ਰਹਿਣ ਸਹਿਣ ਖਾਨ ਪੇਨ ਅੰਤਮ ਸਮਾਂ ਬਿਆਹ ਸ਼ਾਦੀਆਂ ਸਭ ਕੁਝ ਉਹ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤਾ ਹੈ ਆਪਣਾ ਪੂਰਾ ਨਾਮ ਵੀ ਦੱਸ ਦਿੱਤਾ ਹੈ ਜੇ ਹੁਣ ਵੀ ਨਾ ਚੀ ਜਾਗੇ ਤੇ ਫਿਰ 994 ਚੌਕੜੀ ਯੁਗ ਫੇਰ ਅਹੀਂ ਕਿੱਥੇ ਰਵਾਂਗੇ ਅਸੀਂ ਪ੍ਰਯਾਸ ਕਰੀਏ ਜਿਹੜੇ ਹੁਕਮ ਫਰਮਾਨ ਦਿੱਤੇ ਨੇ ਉਹਨਾਂ ਨੂੰ ਮੰਨੀਏ ਜਿਹੜੀਆਂ ਅਸੀਂ ਭਲੇਖਿਆਂ ਵਿੱਚ ਬੈਠੇ ਆਂ ਨਕਲੀ ਸਾਹਿਬ ਯਾਦੇ ਨਕਲੀ ਗੁਰੂਆਂ ਨੂੰ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹ ਰਹੇ ਹਨ ਮਾਤਾ ਸਾਹਿਬਕੌਰ ਇਹ ਤਾਂ ਬਹੁਤ ਵੱਡਾ ਪਾਪ ਹੈ ਕਿ ਜਿਹਨੂੰ ਸਾਰਿਆਂ ਨੂੰ ਨਕਲੀ ਨਕਲੀ ਕਹਿ ਰਹੇ ਹੈ ਤੇ ਅਸਲੀ ਦੀ ਤੇ ਖੋਜ ਕਰ ਅਸੀਂ ਬੇਨਤੀ ਕਰ ਰਹੇ ਹਾਂ ਕਿ ਉਹ ਅਸਲੀ ਆ ਚੁੱਕਾ ਹੈ ਸਾਰੇ ਸੰਸਾਰ ਵਾਸੀਓ ਉਹ ਸੰਭਲ ਕੋਈ ਝੂਪੀ ਵਿੱਚ ਨਹੀਂ ਹੈ ਉਹ ਪੰਜ ਤਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਨੂੰ ਹੀ ਸੰਭਲ ਕੇ ਆ ਸੀ ਉਹਦੇ ਵਿੱਚ ਉਹ ਪ੍ਰਗਟ ਹੋਇਆ ਔਰ ਉਸਨੇ ਆ ਕੇ ਬਖਸ਼ਿਸ਼ ਕਰ ਦਿੱਤੀ ਇਸ ਕਰਕੇ ਵੀਰ ਮਲਕੀਅਤ ਸਿੰਘ ਜਾਂ ਤੇ ਆਪਣਾ ਨੰਬਰ ਦੇ ਤੇ ਜਾਂ ਜਾ ਬਾਕੀ ਸੱਚ ਜਾਨਣਾ ਚਾਹਨਾ ਹੈ ਤੇ ਤਮੇ ਕੋਸ਼ਿਸ਼ ਕਰ ਇਹ ਪਤਾ ਚੱਲ ਗਿਆ ਕਿ ਤੇਰੇ ਕੋਲ ਸਭ ਝੂਠ ਹੈ ਤੇਰੇ ਕੋਲ ਸੱਚ ਹੈ ਨਹੀਂ ਔਰ ਵੀ ਨਮਤੇਜ ਸਿੰਘ ਜੀ ਕਥਾਵਾਚਕ ਵੀਰ ਜੀ ਬੇਨਤੀ ਇਹ ਕੀਤੀ ਕਿ ਤੁਸੀਂ ਕਾਫੀ ਜੰਗ ਆਦਮੀ ਹੋ ਅਜੇ ਤੱਕ ਤੁਹਾਡੀ ਦਾੜੀ ਕਾਲੀ ਹੈ ਤੁਸਾਂ ਨੇ ਉਸ ਜਿਨ੍ਹਾਂ ਦੇ ਬਾਰੇ ਵਿੱਚ ਬੋਲਿਆ ਹੈ ਨਾ ਉਹਨਾਂ ਦੇ ਦਰਸ਼ਨ ਕੀਤੇ ਨਾ ਉਹਨਾਂ ਦੀ ਹਰਬਾਨੀ ਪੜੀ ਹੈ ਨਾ ਤੁਸੀਂ ਕਿਸੇ ਹਰ ਸੰਗਤ ਦੇ ਬੰਦੇ ਨੂੰ ਮਿਲੇ ਹੋ ਤਾਂ ਵੈਸੇ ਕਿਸੇ ਦੇ ਬਾਰੇ ਵਿੱਚ ਉਹਦੀ ਚੁਗਲੀ ਨਿੰਦਿਆ ਕਰਨੀ ਇਹ ਵੀ ਵੱਡਾ ਪਾਪ ਹੈ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਬਾਕੀਆਂ ਨੂੰ ਤਾਂ ਮਾਫ ਕਰ ਦਿਆਂਗਾ ਪਰ ਜਿਹੜੇ ਚੁਗਲੀ ਕਰਦੇ ਨੇ ਨਿੰਦਿਆ ਕਰਦੇ ਨੇ ਬਿਨਾਂ ਜਾਣੇ ਉਹਨਾਂ ਨੂੰ ਮਾਫ ਨਹੀਂ ਕਰਾਂਗਾ ਪ੍ਰਭੀਤ ਮੈਨੂੰ ਇਸ ਕਰਕੇ ਚੰਗਾ ਲੱਗਾ ਕਿ ਜਦ ਤੱਕ ਕਿ ਇਹ ਆਪੋਜੀਸ਼ਨ ਨਹੀਂ ਹੁੰਦੀ ਅਰੋਸ਼ਣ ਨਹੀਂ ਹੋ ਸਕਦੀ ਬਿਨਾ ਥਮਾ ਤੋਂ ਮਕਾਨ ਨਹੀਂ ਖੜਾ ਹੋ ਸਕਦਾ। ਔਰ ਜਿੰਨੇ ਵੀ ਲੋਕ ਪਰਮਾਤਮਾ ਦੇ ਨਾਸਤਿਕ ਸਨ ਉਹ ਬੜੀ ਜਲਦੀ ਪਰਮਾਤਮਾ ਦੇ ਪਿਆਰੇ ਬਣ ਜਾਂਦੇ ਨੇ। ਬਲੀ ਕਿੰਧਾਰੀ ਦੇਖ ਲਓ। ਸਧਨਾ ਕਸਾਈ ਦੇਖ ਲਓ। ਬਾਲਮੀਕ ਦੇਖ ਲਓ। ਕਿਉਂਕਿ ਉਹਨਾਂ ਦੇ ਅੰਦਰ ਸੱਚ ਦੀ ਤੜਫ ਵੀ ਹੁੰਦੀ ਹੈ। ਇਸ ਕਰ ਗਿਆ ਤੇਰੇ ਅੰਦਰ ਵੀ ਤੜਫ ਖੋਜ ਹੈ ਹੈ ਤਾਂ ਫਿਰ ਹੁਣ ਮੌਕਾ ਹੈ ਭਾਈ ਵੀਰ ਟੈਲੀਫੋਨ ਨੰਬਰ ਦਿਓ ਅੱਜ ਤਕਰੀਬਨ 2 ਹਫ਼ਤੇ ਹੋ ਗਿਆ ਹੈ ਬੇਨਤੀ ਕੀਤੀ ਨਾ ਮਲਕੀਅਤ ਸਿੰਘ ਕੁਝ ਬੋਲਦਾ ਹੈ ਨਾ ਵੀ ਨਵਤੇਜ ਸਿੰਘ ਬੋਲਦਾ ਹੈ ਇਸ ਕਰਕੇ ਅੱਗੇ ਵਧੋ ਬ੍ਰੇਕ ਲਾਉਣ ਦੀ ਜ਼ਰੂਰਤ ਨਹੀਂ ਹੈ ਸੱਚ ਵਾਸਤੇ ਸੱਚ ਬੋਲਨਾ ਕਿ ਉਹ ਕਹਿੰਦੇ ਮੁਰਦੇ ਉਹ ਨਹੀਂ ਹੁੰਦੇ ਜਿਹੜੇ ਮਰ ਜਾਂਦੇ ਸਾਹ ਨਹੀਂ ਆਉਂਦਾ ਹੈ ਮੁਰਦੇ ਉਹ ਨੇ ਚੱਲਦੇ ਫਿਰਦੇ ਟੁੱਲਦੇ ਕਿ ਜਿਹੜੇ ਸੱਚ ਨਹੀਂ ਬੋਲਦੇ ਸੱਚ ਜਾਣਨ ਦਾ ਪ੍ਰਯਾਸ ਨਹੀਂ ਕਰਦੇ ਝੂਠ ਦੇ ਵੰਡਲਾਂ ਵਿੱਚ ਬੈਠੇ ਨੇ ਮੁਹੰਮਦ ਸਾਹਿਬ ਦੀ ਉਮਤ ਕਹਿੰਦੇ ਨੇ ਕਿ ਜਦੋਂ ਹਮਾਮੰਦੀ ਆਏਗਾ ਉਹ ਮੁਰਦੇ ਠਾਲੇਗਾ ਮੁਰਦੇ ਉਹ ਨਹੀਂ ਜਿਹੜੇ ਕਬਰਾਂ ਵਿੱਚ ਦੱਬ ਲੇਤੇ ਨੇ ਜਿੰਨੇ ਚਿਰ ਅਸੀਂ ਸੱਚ ਨਹੀਂ ਜਾਣਦੇ ਝੂਠ 'ਵਰ ਰਹਿੰਦੇ ਆ ਅਸੀਂ ਚਲਦੇ ਫਿਰਦੇ ਮੁਰਦਿਆਂ ਭਰਾਵਾ ਇਸ ਕਰਕੇ ਅਸੀਂ ਵੀ ਮੁਰਦਿਆਂ ਨਾ ਹੀ ਸੱਚ ਜਾਣਨ ਦੀ ਕੋਸ਼ਿਸ਼ ਕਰਨੇ ਆ ਨਾ ਸੱਚ ਬੋਲਨੇ ਆ ਝੂਠ ਦੇ ਮਹਿਲ ਬਣਾ ਦਿੰਨੇ ਆ ਝੂਠੀਆਂ ਕਥਾ ਕਰਨੇ ਆ ਝੂਠ ਹੀ ਸੰਸਾਰ ਨੂੰ ਦੱਸਦੇ ਰਹਿੰਦੇ ਆ ਇਸ ਕਰਕੇ ਇਹ ਵੀ ਬਹੁਤ ਵੱਡਾ ਪਾਪ ਹੈ ਹੁਣ ਆਪ ਜੀ ਨਾਲ ਵਿਚਾਰ ਸਾਂਝੇ ਕਰਦਿਆਂ ਹਰ ਬਾਣੀ ਜਿਹੜੀ ਹਰੀ ਨੇ ਬਖਸ਼ਿਸ਼ ਕੀਤੀ ਔਰ ਹਰ ਬਾਣੀ ਦੇ 24 ਗ੍ਰੰਥ ਨੇ ਵੈਸੇ ਸਾਰੇ ਹੀ ਸ਼ਬਦਾਂ ਵਿੱਚ ਨੇ ਪਰ ਫਿਰ ਵੀ ਮੈਂ ਇੱਕ ਸ਼ਬਦ ਬਾਣੀ ਦੇ ਰੂਪ ਵਿੱਚ ਆਪਾਂ ਅੱਗੇ ਸੁਣਾਣਾ ਵੀ ਇਹ ਸੁਣਿਓ ਜਾਨ ਭਗਤ ਕਹੇ ਪ੍ਰਭ ਤੇਰਾ ਇਸ਼ਕ ਆਰ ਜੀ ਸੁਨਿਆ ਵਿੱਚ ਲੁਕਾਈ ਆ ਤੂੰ ਕਲਮਾ ਦਸਿਆ ਵਿੱਚ ਫਾਲਸੀ ਅਰਬੀ ਨਾਲ ਕੁੜਮਾਈ ਆ ਪਿਛਲੇ ਸੱਤਾਂ ਵੈਗਰਸ ਨੂੰ ਇਹ ਕਲਮਾ ਦਸਿਆ ਤੂੰ ਮੰਦਰਾਂ ਵਿੱਚ ਦਸੀ ਆਰਤੀ ਛੇਬ ਦਿਵਾਲਿਆਂ ਵਿੱਚ ਹਵਨ ਕਰਾਈ ਆ ਤੂੰ ਨਾਮ ਨਿਧਾਨਾ ਲਿਖਿਆ ਆਰਤੀ ਨਾਤਾ ਜੋੜ ਕਲਮ ਛਾਈ ਆ ਤੂੰ ਗੁਰੂ ਅਵਤਾਰਾਂ ਦੇ ਰੂਪ ਵਿੱਚ ਬਣਿਆ ਰਿਓ ਸਿਫਾਰਸੀ ਥੋੜੇ ਥੋੜੇ ਆਪਣੇ ਨਾਲ ਜੁੜਾਏ ਆ ਤੂੰ ਪੈਸਿਆਂ ਟਕਿਆਂ ਵਿੱਚ ਬਣਿਆ ਰਿਓ ਆੜਤੀ ਆਪਣਾ ਹੱਟ ਬਣਾਏ ਆ ਦੀਨ ਮਜਬ ਤੇਰੀ ਖੇਲ ਵੇਖੀ ਧਾਰਦੀ ਜਾਤ ਪਾਤ ਕਰੇ ਲੜਾਈ ਆ ਭਰਾਵਾ ਉੱਚਾ ਨੀਚਾ ਜਾਤਾਂ ਪਾਤਾਂ ਸੱਚ ਪੁੱਛੇ ਤੇਰੀ ਖੇਲ ਪੰਜ ਤੱਕ ਤੇ ਕਾਇਆ ਇਹੋ ਆਈ ਛਾਰਦੀ ਜੋ ਗੁਰੇ ਅਵਤਾਰ ਪਗੰਬਰ ਗਏ ਸਮਝਾਈ ਆ ਤਾਰੀ ਬੜੀ ਕੋਸ਼ਿਸ਼ ਕੀਤੀ ਗੁਰੂਆਂ ਨੇ ਪ੍ਰਸੰਗ ਤੇਰੇ ਹੱਥ ਰਮਜ ਨਾਲ ਨਾਲ ਦੀ ਕਿਉ ਸਮਝ ਪੁੱਠੀ ਖਾਲੇ ਲੋਹਾਇਆ ਇਹ ਪ੍ਰੀਤਿ ਬਣੀ ਸੋਨੇ ਯਾਰ ਦੀ ਤੱਤੀਆਂ ਤਵੀਆਂ ਉੱਤੇ ਸਹਾਈਆ ਮਨਸੂਰ ਐਨਲ ਹੱਕ ਪੁਕਾਰ ਦੀ ਕੋਕਾਂ ਦੇ ਜਨਾਈਆ ਅਸੀਂ ਮੰਗੀਏ ਪ੍ਰੀਤ ਉਹ ਪਿਆਰ ਦੀ ਘਰ ਬੈਠਿਆ ਨਜ਼ਰੀ ਆਈਆ ਤੇਰੀ ਖੇਲ ਸ਼ਬਦ ਕਨਕਾਰ ਦੀ ਰਚਨਾ ਜਿਵਨਾ ਕੋਈ ਪੜਾਇਆ ਮੰਝਲੇ ਉਤੋਂ ਤੇਰੀ ਮਸ਼ੂਕ ਕਦੇ ਨਹੀਂ ਮੰਝਲੇ ਉਤੋਂ ਤੇਰੀ ਮਸ਼ੂਕ ਕਦੇ ਨਾ ਹਾਰਦੀ ਮਹਿਬੂਬ ਵੇਖਾਂ ਚਾਹੀ ਚਾਏ ਆ ਇਹ ਖੇਲ ਗੁਰਸਿੱਖ ਕੰਨਿਆ ਕੁਵਾਰ ਦੀ ਜਿਸ ਤੇਰੀ ਓੜ ਤਕਾਇਆ ਬਾਤ ਨੇੜੇ ਵੇਖ ਦੂਰ ਦਰਵਾਜ਼ ਦੀ ਭੱਜੀ ਆਈ ਚਾਹੀ ਚਾਏ ਆ ਤੇਰੀ ਕਿਰਪਾ ਸਬਦੇ ਕਾਰਜ ਸਵਾਲ ਦੀ ਸੁਰਤ ਸੁਹਾਣੀ ਖੁਸ਼ੀ ਢੋਲਾ ਗਾਇਆ ਇਹ ਸੰਗਤ ਭੁਖੀ ਤੇਰੇ ਦਰਸ ਦیدار ਦੀ ਦੁਖੀਆਂ ਦੁਖ ਰਿਆ ਬੰਡਾਈਆ ਮਹਾਰਾਜ ਸੇਵ ਸਿੰਘ ਵਿਸ਼ਨੋ ਭਗਵਾਨ ਇੱਕ ਭੁਖ ਤੇਰੇ ਸੱਚੇ ਪਿਆਰ ਦੀ ਪਿਆਰ ਵਿੱਚੋਂ ਸੁਖ ਆਤਮ ਨਜਰੀ ਆਈਆ ਪਿਆਰ ਵਿੱਚੋਂ ਸੁਖ ਆਤਮ ਨਜਰੀ ਆਈਆ ਜਨਪਗਤ ਕਹੇ ਮੈਂ ਤੇਰਾ ਵਰਦਾ ਬੰਦੀਖਾਨਾ ਦੇ ਥੜਾਈ ਆ ਜਨਪਗਤ ਜਿਹੜਾ ਕਿਸੇ ਜਾਤ ਪਾਤ ਉੱਚ ਨੀਚ ਹਿੰਦੂ ਮੁਸਲਮ ਸਿੱਖਾਈ ਜ ਨਹੀਂ ਪ੍ਰਮਾਤਮਾ ਦਾ ਪਿਆਰਾ ਜਿਹਦਾ ਰਿਸ਼ਤ ਸਿਰਫ ਇੱਕ ਹੋਵੇ ਮਹਾਰਾਜ ਜੀ ਕਹਿੰਦੇ ਨੇ ਮੈਂ ਰਖਨੇ ਉਹ ਨਰੋਲ ਜਿਹੜੇ ਨਰੇ ਨਰਕਾਂ ਨੂੰ ਸੇਜ ਜੁਕਾਏ ਆ ਗੁਰੂਆਂ ਅਵਤਾਰਾਂ ਪਗੰਬਰਾਂ ਦਾ ਕੰਮ ਖਤਮ ਹੋ ਗਿਆ ਭਰਾਵਾ ਸਿਰਫ ਉਸ ਪ੍ਰਮਾਤਮਾ ਨੂੰ ਜਿਹੜਾ ਕਿ ਜੋਤ ਸਰੂਪ ਹੈ ਤੇਬ ਖਲਾ ਆਪਣੇ ਘਰ ਦਾ ਪਰਦਾ ਉਹਲਾ ਦੇ ਚਕਾਈ ਆ ਬੇਨਤੀ ਕਰ ਉਸ ਮਾਲਕਾ ਦੇ ਅੱਗੇ ਭਰਾਵਾ ਇਸੇ ਚੱਲੀ ਕਰੋ ਅੰਮ੍ਰਿਤ ਜਾਮ ਪਿਆ ਗੰਮੀ ਸਰਦਾ ਹਸ ਰਸ ਰਸੀਏ ਦੇ ਚੁਆਇਆ ਅੰਮ੍ਰਿਤ ਜਾਮ ਭਰਾਓ ਸਿਰਫ ਉਹ ਹੀ ਇੱਕ ਜਾਮ ਨਹੀਂ ਹੈ ਪੀਣ ਵਾਲਾ ਇਹ ਹਰਬਾਣੀ ਜਿਹੜੀ ਹੈ ਅੰਮ੍ਰਿਤ ਨਾਮ ਨਦਾਨ ਹੈ ਇਹ ਵੀ ਹੈ ਭਰਾਵਾ ਨਿਤ ਨਿਮਿਤ ਤੇਰੀ ਆਸ਼ਾ ਕਰਦਾ ਪ੍ਰਵਾਸਾ ਬਖਸ਼ ਸੱਚ ਸਰਨਾਈਆ ਮੈਂ ਹਰ ਰੋਜ਼ ਤੇਰੀ ਆਸ਼ਾ ਰੱਖ ਕੇ ਬੈਠਾ ਏ ਕਹਿ ਪ੍ਰਮਾਤਮਾ ਨੂੰ ਸਿਰ ਚਲਣਾ ਕਮਲਾਂ ਤਰਦਾ ਨੇਤਰ ਨੈਣਾ ਨੀਰ ਬਹਾਏ ਆ ਉਹਦੇ ਪਿਆਰ ਵਿੱਚ ਭਰਾਵਾ ਵਿਜੋ ਮਿਛੋੜੇ ਵਿੱਚ ਬਿਰੋ ਵਿਛੋੜੇ ਅੰਦਰ ਮਰਦਾ ਜੀਵਨ ਤੇਰੀ ਝੋਲੀ ਪਾਏ ਆ ਉਹਦੇ ਚਲਨ ਤੇ ਕੁਰਬਾਨ ਹੋ ਜਾਓ ਜਿਨ੍ਹਾਂ ਦੇ ਬਾਰੇ ਤੁਸੀਂ ਬੋਲਿਆ ਉਹ ਨੇ ਚਾਰ ਕੁੰਟ ਦੇ ਦਿਸਾ ਤੇਰਾ ਸਤ ਸਤ ਸੂਪ ਲੱਭਦਾ ਜੋਤੀ ਜੋਤ ਸੁ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਾਹ ਸਾਹਿਬ ਸਤਗੁਰ ਸਿਰ ਮੇਰੇ ਹੱਥ ਰਖਾਏ ਆ ਆ ਬੇਨਤੀਆਂ ਕਰੀਏ ਕਿ ਸਾਹਿਬ ਮੈਨੂੰ ਬਖਸ਼ ਦੇ ਮੇਰੇ ਔਗਣਾਵਾਲਾਂ ਦੇਖੀ ਮੇਰਾ ਉਹ ਨਾ ਖੋਲੀ ਪਿਛਲਾ ਪਰਦਾ ਤਾਂ ਮੈਨੂੰ ਆਪਣੇ ਚੱਲਣਾ ਵਿੱਚ ਲੈ ਲੈ ਮੇਰੇ ਸਿਰ ਤੇ ਹੱਥ ਰੱਖ ਇਹ ਵੀਰ ਨਵਤੇਜ ਸਿੰਘ ਜੀ ਐਨ ਮਲਕੀਅਤ ਸਿੰਘ ਜੀ ਭਰਾਵੋ ਅੱਗੇ ਵੜੋ ਉਹ ਆ ਗਿਆ ਜਿਹਨੂੰ ਸੰਸਾਰ ਲੱਭਦਾ ਰਹਿ ਗਿਆ ਮੁੰਝਾ ਲਖ ਸੰਤ ਧਰਤੀ ਪਰ ਸਤਿਗੁਰੂ ਸ਼ਬਦ ਇੱਕ ਵੀ ਨਹੀਂ 68 ਦਿਨਾਂ ਤੋਂ ਉਸਨੇ ਜਾ ਕੇ ਜਗਾ ਜਗਾ ਦੇਖ ਲਿਆ ਅਰਬਨ ਕੈਂਟਰੀ ਚ ਗਏ ਗ੍ਰੀਨ ਹਾਲ ਗੁਰਦੁਆਰੇ ਵਿੱਚ ਕੋਈ 1.5 ਘੰਟਾ ਬਕਸਿਸ਼ ਕੀਤੀ। ਉਹ ਖੱਤਿਆਂ ਦਾ ਮਾਲਕ ਨਹੀਂ ਹੈ ਉਹ। ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਇਹ ਨਹੀਂ ਆ ਅਰਬ ਦਾ ਹੈ ਜਾਂ ਇੰਗਲੈਂਡ ਦਾ ਹੈ। ਉਹ ਮਾਤ ਲੋਕ ਦਾ ਮਾਲਕ ਬਣ ਕੇ ਆ ਗਿਆ ਬਾਈ। ਉਹ ਗੋਬਿੰਦ ਸਿਰਫ ਹੁਣ ਸਿੱਖਾਂ ਦਾ ਨਹੀਂ ਹੈ। ਉਹ ਸਾਰੇ ਸੰਸਾਰ ਦਾ ਬਣ ਕੇ ਆ ਗਿਆ। ਇਸ ਕਰਕੇ ਅਸੀਂ ਬਸ ਨਿੱਕੀ ਜੇ ਵਿੱਚ ਬਹਿ ਗਏ ਆ ਅਸੀਂ ਇਹ ਨਹੀਂ ਪੜਿਆ ਗ੍ਰੰਥ ਬੇਦ ਸਾਸਤਾਂ ਚ ਕੀ ਲਿਖਿਆ ਕਿ ਅੱਗੇ ਉਹ ਆਉਣ ਵਾਲਾ ਹੈ ਸਾਰਿਆਂ ਵਿੱਚ ਲਿਖਿਆ ਕਿ ਉਹ ਆਉਣ ਵਾਲਾ ਹੈ ਈਸਾ ਨੇ ਕਿਹਾ ਮੇਰਾ ਬਾਪ ਆਏਗਾ ਅਰਸ਼ੀ ਅੱਬਾ ਉਸ ਦੇ ਸਿਰ ਤੇ ਬਹੁਤ ਸਾਰੇ ਤਾਜ ਹੋਣਗੇ ਉਹਦੇ ਪਰ ਉਹਦਾ ਨਾਮ ਲਿਖਿਆ ਹੋਏਗਾ ਮੁਹੰਮਦ ਸਾਹਿਬ ਨੇ ਕਿਹਾ ਹਮਾਮ ਮੰਦੀ ਆਏਗਾ ਸ੍ਰੀ ਰਾਮ ਜੀ ਨੇ ਕਿਹਾ ਸੀਤਾ ਉਹ ਪਹਿਲੇ ਦਵਾਪਰ ਵਿੱਚ ਕ੍ਰਿਸ਼ਨ ਬਣ ਕੇ ਆਏਗਾ ਫਿਰ ਦਵਾਪਰ ਤੋਂ ਬਾਅਦ ਉਹ ਮਾਤ ਲੋਕ ਦੇ ਵਿੱਚ ਕਲਕਲ ਕੇ ਉਤਾਰ ਬਨੇਗਾ ਕ੍ਰਿਸ਼ਨ ਜੀ ਨੇ ਕਿਹਾ ਮੇਰਾ ਕਾਨਾ ਦਾ ਕਾਂਹ ਆਏਗਾ ਭਰਾਵਾ ਮੈਂ ਤੋਂ ਦਾ ਕਾਂਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਹਾਬਲੀ ਹੋ ਉਤਰਸੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਲਕਲ ਕੇ ਉਤਾਰ ਆਏਗਾ ਉਹ ਜਿਹੜਾ ਸਾਰਿਆਂ ਗੁਰੂਆਂ ਉਤਾਰਾਂ ਪਗੰਬਰਾਂ ਨੇ ਕਿਹਾ ਉਹ ਭਰਾਵੋ ਆ ਗਿਆ ਹੈ ਆ ਚੁੱਕਾ ਹੈ ਉਸਨੇ ਆ ਕੇ ਆਪਣਾ ਡੰਕ ਬਜਾ ਦਿੱਤਾ ਹੈ ਆਪਣੇ ਹਰਵਾਨੀ ਦੇ ਜੋ ਵੀ ਗ੍ਰੰਥ ਬਖਸ਼ਿਸ਼ ਕਰ ਦਿੱਤੇ ਨੇ ਅੱਜ ਵੀ ਅਸੀਂ ਸੰਸਾਰ ਜਿਹੜਾ ਹੈ ਉਹ ਤੀਰਥਾਂ ਟੱਟਾਂ ਤੇ ਉਹ ਧੀਰਾ ਫਕੀਰਾਂ ਝਾੜੀਆਂ ਝੰਡਾ ਮੂਰਤੀਆਂ ਪੂਜਾ ਦੇ ਪਿਛੇ ਲੱਗਾ ਹੈ ਇਸ ਟਾਈਮ ਜਾਗੰਦਾ ਹੈ ਜਿਆਦਾ ਨਹੀਂ ਬੋਲਦੇ ਕਿਉਂਕਿ ਬੋਲਣ ਨਾਲ ਜਿਆਦਾ ਗਲਤੀਆਂ ਹੁੰਦੀਆਂ ਪਰ ਮੈਂ ਅੱਜ ਦੀ ਵੀਡੀਓ ਸਿਰਫ ਇਹਨਾਂ ਵੀਰਾਂ ਵਾਸਤੇ ਹੈ ਜਿਨ੍ਹਾਂ ਨੇ ਮਹਾਰਾਜ ਜੀ ਜਾਣਾ ਇਸ਼ਤ ਨੂੰ ਐ ਬੈਸਨੂ ਜਾ ਰਹੇ ਨੇ ਔਰ ਕੁਝ ਨੈਗੇਟਿਵ ਲਫਜ਼ ਬੋਲੇ ਨੇ ਸੋ ਅੰਗ ਮਹਾਰਾਜ ਸੇਤ ਸਿੰਘ ਵਿਸ਼ਨੂੰ ਭਗਵਾਨ ਦੀ ਜੇ